ਹਾਂਜੀ ਸਤਿ ਸ਼੍ਰੀ ਅਕਾਲ ਅਤੇ ਨਾਲੇ ਜਿਹੜੀ ਤੁਹਾਡੀ ਹੁਣ ਡਿਊਟੀ ਬਣਦੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਦਿਉ ਇੱਦਾਂ ਉਂਗਲ ਮਾਰ ਕੇ ਨਾਲ ਹੀ ਬੈੱਲ ਆਈਕੋਨ ਬਣਿਆ ਹੋਇਆ ਘੰਟੀ ਜਿਹੀ ਉਹਦੇ 'ਤੇ ਵੀ ਮਾਰ ਦਿਉ ਕਿਉਂਕਿ ਜਦੋਂ ਕੋਈ ਨਵੀਂ ਚੀਜ਼ ਅਸੀਂ ਹੋਰ ਪਾਈ ਤਾਂ ਤੁਹਾਨੂੰ ਨਾਲ ਦੀ ਨਾਲ ਨੋਟੀਫਿਕੇਸ਼ਨ ਆ ਜੂ। ਪਿੰਡ ਮਾਣੂਕੇ ਵਿਖੇ ਵਿਰਾਸਤੀ ਥਾਂ ਨੂੰ ਲੈ ਕੇ ਇੱਕ 62 ਸਾਲਾ ਬਜ਼ੁਰਗ ਔਰਤ ਦੀ ਕੁੱਟਮਾਰ ਅਤੇ ਉਸਦੇ ਕੱਪੜੇ ਲਾ ਕੇ ਕੇਸਾਂ ਤੋਂ ਫੜ ਕੇ ਘੜੀਸਣ ਅਤੇ ਉਸਦੀ ਵੀਡੀਓ ਬਣਾਉਣ ਦਾ ਮਾਮਲਾ ਸਾਹਮਣੇ ਆਇਆ। ਇਸ ਨੂੰ ਲੈ ਕੇ ਥਾਣਾ ਨਿਹਾਲ ਸਿੰਘ ਵਾਲਾ ਦੀ ਪੁਲਿਸ ਨੇ ਔਰਤ ਦੇ ਦਿਓਰ ਦਰਾਣੀ ਨਨਾਣ ਸਮੇਤ 8 ਵਿਅਕਤੀ ਨੂੰ ਨਾਮਜ਼ਦ ਕੀਤਾ ਹੈ। ਕੇਸ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਨਿਰਮਲ ਸਿੰਘ ਸੰਘਾ ਨੇ ਦੱਸਿਆ ਕਿ ਪਿੰਡ ਮਾਣੂਕੇ ਵਿਖੇ ਦੋ ਸਕੇ ਭਰਾਵਾਂ ਮੁਲਾਂਗਰ ਸਿੰਘ ਬਹਾਦਰ ਸਿੰਘ ਸਪੁੱਤਰ ਜਗੀਰ ਸਿੰਘ ਦੇ ਵਿਰਾਸਤੀ ਥਾਂ ਦਾ ਝਗੜਾ ਚੱਲਦਾ ਹੈ। ਪਿੰਡ ਦੀ ਪੰਚਾਇਤ ਵੱਲੋਂ 1 ਜੂਨ ਨੂੰ ਇਸ ਝਗੜੇ ਦੇ ਹੱਲ ਲਈ ਇੱਕ ਮੀਟਿੰਗ ਵੀ ਸੱਦੀ ਗਈ ਸੀ, ਪਰ ਮੀਟਿੰਗ ਤੋਂ ਪਹਿਲਾਂ ਹੀ ਝਗੜੇ ਵਾਲੀ ਥਾਂ 'ਤੇ ਬਹਾਦਰ ਸਿੰਘ ਅਤੇ ਉਸਦੀ ਪਤਨੀ ਪ੍ਰੀਤਮ ਕੌਰ ਵੱਲੋਂ ਲੱਕੜਾਂ 'ਤੇ ਪਾਥੀਆਂ ਰੱਖ ਦਿੱਤੀਆਂ ਗਈਆਂ, ਜਿਸ ਨੂੰ ਲੈ ਕੇ ਗੁੱਸੇ ਵਿੱਚ ਆਏ ਮੁਲਾਂਗਰ ਸਿੰਘ ਉਸਦੀ ਪਤਨੀ ਸੁਰਜੀਤ ਕੌਰ, ਭੈਣ ਸੁਰਜੀਤ ਕੌਰ, ਮੁਲਾਂਗਰ ਸਿੰਘ ਦੇ ਸਪੁੱਤਰ ਭੋਲਾ ਸਿੰਘ, ਹਰਪ੍ਰੀਤ ਸਿੰਘ, ਗੁਰਪ੍ਰੀਤ ਸਿੰਘ ਅਤੇ ਉਸਦੀਆਂ ਨੂੰਹਾਂ ਬੇਅੰਤ ਕੌਰ ਅਤੇ ਲਖਵਿੰਦਰ ਕੌਰ ਨੇ ਬਹਾਦਰ ਸਿੰਘ ਦੀ ਪਤਨੀ ਪ੍ਰੀਤਮ ਕੌਰ ਨੂੰ ਫੜ ਕੇ ਕੁੱਟਮਾਰ ਕੀਤੀ, ਉਸਨੂੰ ਕੇਸਾਂ ਤੋਂ ਫੜ ਕੇ ਘੜੀਸਿਆ ਅਤੇ ਉਸਦੀ ਵੀਡੀਓ ਬਣਾ ਲਈ। ਪੁਲਿਸ ਨੇ ਪੀੜਤ ਪ੍ਰੀਤਮ ਕੌਰ ਦੇ ਬਿਆਨਾਂ ਦੇ ਉਕਤ 8 ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਕਹਾਣੀ ਬੇਟਾ, ਇਹ ਹੋਈ ਸਾਡੇ ਨਾਲ ਪਹਿਲਾਂ ਲੜਾਈ ਸੀ, ਉਹਨਾਂ ਨੇ ਸਾਡਾ ਥਾਣੇ ਦੇ ਵਿੱਚ ਕਹਿਤਾ ਸੀ ਵੀ ਕੋਈ ਜਿਹੜੀ ਚੀਜ਼ ਆ ਉਸ ਨੂੰ ਹੱਥ ਨਹੀਂ ਲਾਉਣਾ, ਜਿਵੇਂ ਥਾਂ ਪਰ ਥਾਂ ਪਈ ਆ ਉਵੇਂ ਰੱਖ ਲਈ। ਅਸੀਂ ਉੱਥੋਂ ਆ ਗਏ, ਉਹਨਾਂ ਨੇ 11 ਵਜੇ 'ਤੇ ਆ ਕੇ ਅੱਗ ਲਾ ਦਿੱਤੀ, ਬਾਲਣ ਦਾ ਧੂੰਆਂ ਨਿਕਲਿਆ, ਮੇਰਾ ਪੋਤਾ ਦਾ ਬੀਬੀ ਧੂੰਆਂ ਨਿਕਲੀ ਜਾਂਦਾ, ਮੈਂ ਅਤੇ ਮੇਰਾ ਪੋਤਾ ਦੋਵੇਂ ਉੱਠ ਕੇ ਵੇਖਣ ਗਏ, ਉਹਨਾਂ ਨੇ ਬੇਟਾ ਉੱਥੇ ਗਿਆ ਨਹੀਂ, ਮੈਨੂੰ ਫੜ ਲਿਆ। ਜਦੋਂ ਫੜ ਲਿਆ ਪੋਤਾ ਮੇਰਾ, ਉਹਨਾਂ ਨੇ ਬੰਨ੍ਹ ਲਿਆ। ਜਦੋਂ ਉਹਨਾਂ ਨੇ ਬੰਨ੍ਹ ਲਿਆ ਨਾ, ਉਹਨਾਂ ਨੇ ਜਦੋਂ ਮੈਨੂੰ ਐਂ ਚਲਾ ਕੇ ਮਾਰਿਆ ਅਤੇ ਮੇਰੇ ਵਾਸਤਾ ਉਹਨਾਂ ਨੇ ਬੇਵਾਦੀ ਕਰਤੀ, ਰਾਤਰੇ ਲਾ ਲਈ ਕਸ਼ਹਿਰਿਆਂ ਨੂੰ ਅੱਗ ਲਾਈ, ਮੈਂ ਉਹਨਾਂ ਨੇ ਮੇਰੀ ਮਾਰ ਨਾਲ ਕਸਰ ਨਹੀਂ ਛੱਡੀ। ਵੱਡੀ ਬਹੂ ਨੇ, ਛੋਟੀ ਬਹੂ ਹੈ ਉਹਨਾਂ ਦੀ, ਆਪ ਮੁੰਡਿਆਂ ਨੇ ਆਖਿਆ ਇਸ ਬੁੜੀ ਨੂੰ ਕੰਜਰੀ ਨੂੰ ਨੰਗੀ ਕਰਕੇ ਨਾ ਇਹਦੀ ਮੂਵੀ ਮੈਂ ਬਣਾਉਣਾ। ਸਾਡੇ ਉਹ ਮੁੰਡੇ ਨਾਲ ਗੁਰਪ੍ਰੀਤ ਆ, ਉਹਨੇ ਕਿਹਾ ਭੋਲੇ ਨੇ ਆਖਿਆ ਡਾਹ ਲਿਆਉਣਾ, ਇਹਦਾ ਸਿਰ ਵੜ ਦਿਓ, ਇਹ ਕੰਜਰੀ ਬਿਆਨ ਦੇ ਦੂਗੀ ਅਤੇ ਇਹਨੂੰ ਸਮਾਰ ਕੇ ਨਾ ਵੱਢ ਲਓ, ਇਹਦਾ ਨਮੇੜ ਦਿਓ ਕੰਜਰੀ ਦਾ ਧੰਦਾ। ਮੈਂ ਉਹਨਾਂ ਨੂੰ ਇਹ ਗੱਲ ਆਖੀ ਮੇਰੇ ਦਾਤਰਾਂ ਨੂੰ ਹੱਥ ਨਾ ਲਾਓ, ਮੈਨੂੰ ਬਹੁਤ ਲੋੜ ਆ, ਪਰ ਮੈਨੂੰ ਮਾਰਨਾ ਜਾਨੋਂ ਮਾਰ ਦਿਓ, ਮੇਰੇ ਕੇਸਾਂ ਦੀ ਅਤੇ ਮੇਰੇ ਨਾ ਉਹਨਾਂ ਨੇ ਕਸਰ ਨਹੀਂ ਛੱਡੀ ਗਈ। ਵੱਡੀ ਬਹੂ ਨੇ ਬਹੁਤ ਕੁਛ ਆਖਿਆ ਅਤੇ ਬਸ ਸੁਰਜੀਤ ਕੌਰ ਸਾਡੇ ਮੇਰੀ ਗੁੱਡੀ ਨਨਾਣ 8 ਜਣੇ ਆ, ਉਹ ਉਹਨਾਂ ਨੇ ਬਹੁਤ ਧੂਮ ਸੁਣਾ ਦਿੱਤਾ। ਨਾਮ ਜੀ ਤੁਹਾਡਾ? ਕਰਮਜੀਤ ਸਿੰਘ। ਕਰਮਜੀਤ ਸਿੰਘ, ਕਰਮਜੀਤ ਜੀ ਕੀ ਘਟਨਾ ਹੋਈ ਹੈ? ਅਸੀਂ ਉਹ ਅੱਗ ਲਾਈ ਜਾਂਦੇ ਸੀ, ਅੱਗ ਲਾਈ ਜਾਂਦੇ ਸੀ, ਮੈਂ ਤਾਂ ਜੀ ਕਹਿਣਗੇ ਵੀ ਨਾ ਲੱਗ ਕੇ ਉਹ ਦਾਦੀ ਨੂੰ ਝੜ ਦੇ, ਮੈਨੂੰ ਬੰਨ ਲਿਆ ਜੀ ਉਹਨਾਂ ਨੇ, ਅਤੇ ਦਾਦੀ ਦੇ ਸਾਥ ਅਸੀਂ ਕਿਹੜੇ ਕਸ਼ਹਿਰਾ ਦੇ ਕੱਪਾਂ ਨੂੰ ਸਾੜ ਦਿੱਤੇ, ਕੁੜੀ 'ਚ ਅੱਗ ਲਾਈ। ਕੌਣ ਕੌਣ ਬੰਦੇ ਆਏ ਸੀ? ਬਲੌਰੀ, ਬਿੱਟਾ, ਗੁਗਣਾ ਅਤੇ ਨੂੰਹਾਂ ਬਹੂਆਂ ਸੀ ਸਾਰੀਆਂ। ਸਭ ਜਦੋਂ ਘਰੇ ਬੜੇ ਉਹਨਾਂ ਨੇ ਸਭ ਤੋਂ ਪਹਿਲਾਂ ਕੀ ਕੀਤਾ? ਸਭ ਤੋਂ ਪਹਿਲਾਂ ਉਹਨੇ ਬਲੌਰ ਭੋਲੇ ਨੇ ਡਲਾ ਮਾਰਿਆ ਦਾਦੀ ਦੇ। ਦਾਦੀ ਦੇ ਤੁਹਾਡੀ? ਹਾਂਜੀ। ਅੱਛਾ ਜੀ, ਫਿਰ ਉਸ ਤੋਂ ਬਾਅਦ ਕੀ ਕੀ ਕੌਣ ਕੌਣ ਸੀ, ਕੀ ਕੀਤਾ ਉਹਨਾਂ ਨੇ? ਦੜਾ ਮਾਰਿਆ ਦਾਦੀ, ਕਿਉਂਕਿ ਮਾਂ ਉਹ ਸੁੱਕੀ ਤਾਰ ਅਗਰ ਬੁੱਟੇ ਨੇ ਆ ਕੇ ਦਾਦੀ ਨੂੰ ਪਰਲੇ ਪਾਸੇ ਤਾਰਾਂ 'ਚ ਛੱਡਤਾ ਅਤੇ ਮੇਰੇ ਬਹੂਆਂ ਨੇ ਦੋਵਾਂ ਕੁੱਟਿਆ ਗਿਆ ਅਤੇ ਸਾਰੇ ਜਾਣੇ ਕੁੱਟ ਗਏ ਅਤੇ ਮੈਨੂੰ ਦੋਵਾਂ ਤਿੰਨ ਜਣਿਆਂ ਨੇ ਚਾਰਿਆਂ ਨੇ ਫੜ ਲਿਆ। ਤੁਹਾਡੇ ਨਾਲ ਕੀ ਕੀਤਾ ਉਹਨਾਂ ਨੇ? ਉਹਨੇ ਮੈਨੂੰ ਪਲੈਕ ਛਾਉਣ ਗਿਆ, ਉਹਨੇ ਦੋ ਮਾਰ ਕੇ ਮੈਨੂੰ ਉੱਤਾਂ ਨੀਲਾ ਤਾ ਅਤੇ ਮੈਨੂੰ ਬੰਨ ਲਿਆ ਜੀ ਉਹਨਾਂ ਨੇ। ਕੀ ਕਾਰਨ ਕਿਉਂ ਉਹਨਾਂ ਨੇ ਕੁੱਟਮਾਰ ਕੀਤੀ ਤੁਹਾਡੀ? ਵੀ ਉਹਨਾਂ ਨੇ ਮੋਟਰ ਵਹੀਕਲ ਦਾਦੀ ਨੂੰ ਮਾਰਨਾ ਹੀ ਵੀ ਜਾਣਦੇ ਸੀ ਕਿ ਕੁੱਤੇ ਨੇ ਮਾਰਨੀ ਜੀ ਤਾਂ ਸਾਰਾ ਕਾਰਨ ਵੀ ਨਾਸਾਂ ਪਹਿਲਾਂ ਕੁੜੀ ਦੀ ਮਾਤਾ ਸੀ ਭੋਲੇ ਉਹਨਾਂ ਦੀ, ਉਹਨਾਂ ਨੇ ਕਿਹਾ ਵੀ ਜੀ ਵੱਢ ਦਿਉ, ਨਾ ਲੱਤਾਂ ਲੁੱਤਾਂ ਤੋੜ ਦਿਉ, ਸਾਰਾ ਕੁਛ ਵੱਢ ਦਿਉ। ਕਿਉਂ ਮਾਰਨਾ ਚਾਹੁੰਦੇ ਸੀ? ਕਿਉਂ ਥਾਂ ਇਹ ਸਮਝ ਵੀ ਤੁਸੀਂ ਕਦੋਂ ਸਾਡੀ ਥਾਂ ਦੇ ਆਉਂਦੀ ਹੈ? ਕੋਈ ਥਾਂ ਪਹਿਲੀ ਦਾ ਰੌਲਾ ਜੀ ਕੋਈ? ਹਾਂਜੀ, ਪਹਿਲੀ ਦਾ ਹੀ ਰੌਲਾ ਜੀ ਥਾਂ। ਤੁਸੀਂ ਹੁਣ ਕੀ ਮੰਗ ਕਰਦੇ ਹੋ? ਅਜੇ ਤਾਂ ਮੰਗ ਆ ਕਰਦੇ ਵੀ ਸਾਡਾ ਸਦਾ ਦਿੱਤੀ ਜਾਵੇ।
ਧਰਨਾ ਤਾਂ ਨਹੀਂ ਜੀ, ਇਹ ਕੁਛ ਲੋਕ, ਅਸੀਂ ਇੱਕ ਐਫ ਆਈ ਆਰ ਦਰਜ ਕੀਤੀ ਹੈ 79/19, ਉਹਦੇ 'ਚ ਇੱਕ ਲੇਡੀਜ਼ ਨੂੰ ਉਹਦੇ ਦਿਓਰ ਅਤੇ ਉਹਦੇ ਬਾਕੀ ਪਰਿਵਾਰ ਵੱਲੋਂ ਕੁੱਟਿਆ ਗਿਆ ਅਤੇ ਕਾਫੀ ਉਹਦੀ ਬੇਇੱਜ਼ਤੀ ਕੀਤੀ ਗਈ ਹੈ। ਉਸ ਦੇ ਸੰਬੰਧ 'ਚ ਇਹਨਾਂ ਨੇ ਅਰੈਸਟ ਕਰਾਉਣ ਵਾਸਤੇ ਕਹਿੰਦੇ ਸੀ ਵੀ ਅਰੈਸਟ ਕਰੋ ਜਲਦੀ ਤੋਂ ਜਲਦੀ, ਉਹਦੇ 'ਚ ਅਸੀਂ ਦੋ ਅਰੈਸਟ ਆਲਰੇਡੀ ਕਰ ਚੁੱਕੇ ਹਾਂ, ਬਾਕੀ ਜਲਦ ਕਰ ਲਾਂਗੇ। ਸਰ ਕੀ ਘਟਨਾ ਕੀ ਹੋਈ ਹੈ ਸਾਰੀ ਸਰ? ਇਹ ਕੋਈ ਇਹਨਾਂ ਦਾ ਜ਼ਮੀਨ ਨੂੰ ਲੈ ਕੇ ਡਿਸਪਿਊਟ ਸੀ, ਘਰੇਲੂ ਘਰ ਦੇ ਵਿੱਚ ਇੱਕ ਥੋੜ੍ਹੀ ਬਹੁਤੀ ਜ਼ਮੀਨ ਸੀ, ਬਾਹਰ ਛੁੱਟੀਆਂ ਪਈਆਂ ਸੀ, ਉੱਥੇ ਉਹਨੂੰ ਲੈ ਕੇ ਦਿਓਰ ਭਰਜਾਈ ਦਾ ਆਪਸੀ ਡਿਸਪਿਊਟ ਸੀ। ਉਹਦੇ 'ਚ ਇਹਨਾਂ ਨੇ ਲੇਡੀਜ਼ ਨੂੰ ਕਾਫੀ ਬੁਰੀ ਤਰ੍ਹਾਂ ਕੁੱਟਿਆ ਅਤੇ ਉਹਨਾਂ ਦੇ ਬਿਆਨ ਮੁਤਾਬਕ ਵੀ ਉਹਦੇ ਜਿਹੜੇ ਕਾਰ ਸੀ ਉਹਨਾਂ ਦੀ ਵੀ ਬੇਇੱਜ਼ਤੀ ਕੀਤੀ ਹੈ। ਉਸ ਸੰਬੰਧੀ ਅਸੀਂ ਵੀ ਕਦਮਾਂ ਦਰਜ ਕੀਤਾ, ਤਫਤੀਸ਼ ਚੱਲ ਰਹੀ। ਸਰ ਕਿੰਨੇ ਲੋਕਾਂ ਦੇ ਖਿਲਾਫ? 8 ਬੰਦਿਆਂ ਦੇ ਖਿਲਾਫ। ਅਤੇ ਸਰ ਹੁਣ ਕਿੰਨੇ ਅਰੈਸਟ ਹੋ ਚੁੱਕੇ ਨੇ ਹੁਣ ਤੱਕ? 2 ਅਰੈਸਟ ਹੋ ਚੁੱਕੇ ਆ, ਬਾਕੀ ਜ਼ਿਆਦਾ ਕਰ ਰਹੇ ਹਾਂ। ਸਰ ਲੋਕਾਂ ਦਾ ਕਹਿਣਾ ਜਿਹੜੇ ਬਾਹਰ ਬੈਠੇ ਕਿ ਵੀ 3 ਦਿਨ ਪਹਿਲਾਂ ਦੀ ਘਟਨਾ ਹੈ, ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ, ਤਾਂ ਹੀ ਅਸੀਂ ਅੱਜ ਧਰਨਾ ਦਿੱਤਾ ਥਾਣਾ ਨਿਹਾਲ ਸਿੰਘਾਂ ਦੇ ਵਿੱਚ ਆ ਕੇ। ਨਹੀਂ, ਸਾਡੇ ਕੋਲ ਕੱਲ੍ਹ ਸੁਬਹਾ ਐੱਮ ਐੱਲ ਆਰ ਆਈ ਸੀ, ਅਸੀਂ ਕੱਲ੍ਹ ਐੱਫ ਆਈ ਆਰ ਰਜਿਸਟਰ ਕਰਤੀ, ਕੱਲ੍ਹ ਤੋਂ ਰੇਡ ਸਟਾਰਟ ਕਰਤੇ ਸੀ, 2 ਬੰਦੇ ਸੀ। ਜੇਕਰ ਸੱਚ ਬੋਲਣਾ ਸੱਚ ਲਿਖਣਾ ਬਗਾਵਤ ਹੈ ਤਾਂ ਸਮਝੋ ਅਸੀਂ ਬਾਗੀ ਹਾਂ। ਸੱਚ ਅਤੇ ਹੱਕ ਦੀ ਆਵਾਜ਼, ਦੁਨੀਆ ਦੇ ਹਰ ਕੋਨੇ ਕੋਨੇ ਦੀ ਗੱਲ, ਪੰਜਾਬ ਟੀਵੀ ਕਰੇਗਾ ਸੱਚ ਦਾ ਖੁਲਾਸਾ। ਤੁਸੀਂ ਦੇਖਦੇ ਰਹੋ ਪੰਜਾਬ ਟੀਵੀ, ਸੱਚ ਅਤੇ ਹੱਕ ਦੀ ਆਵਾਜ਼।